ਜ਼ਿਲ੍ਹੇ ਵਿੱਚ ਲਗਾਤਾਰ 3 ਦਿਨ ਤੋਂ ਹੋ ਰਹੀ ਬਰਸਾਤ ਕਾਰਨ ਬੇਟ ਇਲਾਕੇ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਕਿਸਾਨਾਂ ਦੀ ਹਜ਼ਾਰਾਂ ਏਕੜ ਪੱਕੀ ਹੋਈ ਝੋਨੇ ਦੀ ਫਸਲ ਪਾਣੀ ਵਿੱਚ ਡੁੱਬਣ ਕਾਰਨ ਬਰਬਾਦ ਹੋ ਗਈ ਹੈ। ਝੋਨੇ ਤੋਂ ਇਲਾਵਾ ਹਰਾ ਚਾਰਾ ਅਤੇ ਸਬਜ਼ੀਆਂ ਦੀ ਫਸਲਾਂ ਵੀ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਅਨਾਜ ਮੰਡੀਆਂ 'ਚ ਪਿਆ ਝੋਨਾ ਵੀ ਬਰਸਾਤ ਨੇ ਰੁੜ ਦਿੱਤਾ ਹੈ। ਕਿਸਾਨ ਕੁਦਰਤ ਅੱਗੇ ਇਹੀ ਅਰਦਾਸ ਕਰ ਰਹੇ ਹਨ ਕਿ ਰੱਬਾ ਹੋਰ ਮੀਂਹ ਨਾ ਪਾਈ, ਪਰ ਕੁਦਰਤ ਦੀ ਕਿਸਾਨਾਂ ਨਾਲ ਨਾਰਾਜ਼ਗੀ ਦੂਰ ਨਹੀਂ ਹੋ ਰਹੀ। ਬਰਸਾਤ ਕਾਰਨ ਜ਼ਿਲ੍ਹੇ ਵਿੱਚ ਕਈ ਲਿੰਕ ਸੜਕਾਂ, ਮੇਨ ਸੜਕਾਂ ਤੇ ਦਰਖਤ ਡਿੱਗਣ ਤੇ ਸੜਕਾਂ ਟੁੱਟਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਪਿੰਡਾਂ ਵਿੱਚ ਕਈ ਨੀਵੀਆਂ ਥਾਵਾਂ ਤੇ ਪਾਣੀ ਭਰ ਜਾਣ ਨਾਲ ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਕਈ ਪਿੰਡਾਂ 'ਚ ਮਕਾਨ ਡਿੱਗੇ ਹਨ ਤੇ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਬੰਦ ਪਈ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਦੇਖੋ, ਮੈਂ ਕਿਸਾਨ ਵੀਰਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੀ ਕਿ ਜਿੱਦਾਂ ਆਪਾਂ ਦੇਖ ਰਹੇ ਹਾਂ ਪਿਛਲੇ 2-3 ਦਿਨ ਤੋਂ ਬਹੁਤ ਭਾਰੀ ਬਾਰਿਸ਼ ਹੋਈ ਹੈ, ਇਹਦੇ ਕਰਕੇ ਜਿਹੜਾ ਸਾਡੀ ਸਬਜ਼ੀਆਂ ਵਗੈਰਾ ਨੇ ਜਾਂ ਤੋਰੀ ਦੀ ਜਿਹੜੀ ਨਵੀਂ ਬੀਜੀ ਫਸਲ ਹੈ ਉੱਥੇ ਤਾਂ ਨੁਕਸਾਨ ਦੇਖਣ ਨੂੰ ਮਿਲ ਰਿਹਾ, ਪਰ ਬਾਕੀ ਹਜੇ ਸਾਡੀਆਂ ਟੀਮਾਂ ਜਿੱਦਾਂ ਸਰਵੇ ਲਈ ਜਾ ਰਹੀਆਂ ਨੇ, ਹਜੇ ਨੁਕਸਾਨ ਦਾ ਐਗਜੈਕਟ ਜਿਹੜਾ ਅਨੁਮਾਨ ਹੈ ਉਹ ਸਾਡੇ ਕੋਲ ਨਹੀਂ ਆਇਆ। ਬਾਕੀ ਜਿੱਥੇ ਪਾਣੀ ਜ਼ਿਆਦਾ ਭਰ ਗਿਆ ਝੋਨੇ ਦੀ ਖੜ੍ਹੀ ਫਸਲ ਵਿੱਚ, ਉੱਥੇ ਕਿਸਾਨ ਵੀਰ ਉਸ ਪਾਣੀ ਨੂੰ ਬਾਹਰ ਕੱਢਣ ਦਾ ਪ੍ਰਬੰਧ ਕਰਨ ਤਾਂ ਕਿ ਝੋਨੇ ਦੀ ਫਸਲ ਨੂੰ ਜਿਹੜਾ ਨੁਕਸਾਨ ਹੋਏਗਾ ਉਸ ਤੋਂ ਬਚਾਇਆ ਜਾ ਸਕੇ। ਆਹ ਜਿਹੜਾ ਹੁਣ ਮੀਂਹ ਪੈ ਰਿਹਾ ਵਾ, ਇਹਦੇ ਉੱਤੇ ਆਪਾਂ ਕਰ ਰਹੇ ਹਾਂ ਮੌਸਮ ਪੰਜਾਬ ਦਾ, ਦੁਬਾਰਾ ਮਾਨਸੂਨ ਆ ਗਈਆਂ ਵੀ ਬਹੁਤ ਜ਼ਿਆਦਾ ਜ਼ਿਮੀਦਾਰਾਂ ਨੂੰ ਇਹਦਾ ਨੁਕਸਾਨ ਆ। ਝੋਨਾ ਪੱਕਣ 'ਤੇ ਆਇਆ ਹੋਇਆ ਵਾ, ਪਾਣੀ ਖੜ੍ਹ ਗਿਆ ਆ ਅਤੇ ਇਹ ਜ਼ਿਆਦਾ ਬਰਸਾਤ ਰਹੀ ਤਾਂ ਝੋਨੇ ਡਿੱਗਣ ਦਾ ਵੀ ਨੁਕਸਾਨ ਆ। ਯਾਨੀ ਇਹ ਕੁੱਲ ਮਿਲਾ ਕੇ ਹੁਣ ਗੈਰ ਮੌਸਮ 'ਤੇ ਬਰਸਾਤ ਪੈ ਰਹੀ ਆ ਅਤੇ ਇਹਦਾ ਸਾਰੇ ਪੰਜਾਬ ਨੂੰ ਕਿਸਾਨੀ ਨੂੰ ਇਹਦਾ ਬੁਰਾ ਪ੍ਰਭਾਵ ਵੀ ਪੈ ਰਿਹਾ। ਅਤੇ ਹੁਣ ਤਾਂ ਮੰਡੀ ਦਾ ਵੀ ਭਾਵ ਮੇਰਾ 1 ਤਰੀਕ ਨੂੰ ਮੰਡੀ ਵੀ ਆ ਗਈ ਆ, ਸਰਕਾਰੀ ਰੇਟ ਵੀ ਆ ਜਾਣੇ, ਸਾਰੇ ਕੁਛ ਹੋ ਗਿਆ, ਪਰ ਝੋਨਿਆਂ ਦਾ, ਫਸਲਾਂ ਦਾ, ਜ਼ਿਮੀਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਸ ਵੇਲੇ। ਅਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਇਹਦੀਆਂ ਗੋਦਾਵਰੀਆਂ ਕਰਾਵੇ, ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਨੂੰ ਗੋਦਾਵਰੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਖਰਜ਼ਾਨਾ ਦਿੱਤਾ ਜਾਵੇ। ਅਤੇ ਕਿਸਾਨ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਕਰਜ਼ੇ ਵਿੱਚ ਡੁੱਬ ਰਿਹਾ ਵਾ ਅਤੇ ਆ ਹੁਣ ਬਰਸਾਤ ਨੇ ਹੋਰ ਜ਼ਿਆਦਾ ਡੁੱਬ ਦਿੱਤਾ ਵਾ। ਅਤੇ ਜਿਹੜੇ ਗੈਰ ਇਲਾਕੇ ਥੱਲੇ ਨੀਵੀਆਂ ਜ਼ਮੀਨਾਂ ਜਿਨ੍ਹਾਂ ਦੀਆਂ ਬੇੜ ਵਾਲੇ ਇਲਾਕੇ, ਉਹ ਤਾਂ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੋਊਗਾ ਅਤੇ ਉਹਨਾਂ ਦਾ ਤਾਂ ਸਾਡੇ ਨਾਲ ਦੋਨੇ ਨਾਲ ਵੀ ਜ਼ਿਆਦਾ ਬੁਰਾ ਹਾਲ ਹੋਊਗਾ। ਅਤੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਵਿੱਚ ਡੁੱਬਿਆ ਵਾ ਅਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ, ਬਣਦਾ ਉਹਨਾਂ ਨੂੰ ਮੁੱਲ ਉਹਦਾ ਦੇਣਾ ਚਾਹੀਦਾ। ਜਾਗਤੀ ਲੈ ਲਈ ਕਪੂਰਥਲਾ ਤੋਂ ਇੰਦਰਜੀਤ ਸਿੰਘ ਚਾਹਲ ਦੀ ਰਿਪੋਰਟ।